ਸਾਬਕਾ ਐਮਐਲਏ ਗੁਰਪ੍ਰੀਤ ਜੀਪੀ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਉਹ ਆਮ ਆਦਮੀ ਚ ਸ਼ਾਮਿਲ ਹੋ ਗਏ ਨੇ ਕਿਉਂਕਿ ਹਰ ਵਿਅਕਤੀ ਨੂੰ ਇਸ ਸਮੇਂ ਨੇ ਜੀ ਹਜੇ ਆ ਜਿਹੜਾ ਹੁਣ ਫਿਰ ਸਮਾਂ ਆਉਣਾ ਕਿਉਂਕਿ ਪਾਰਲੀਮੈਂਟ ਦੀ ਚੋਣ ਆ ਗਈ ਹਰ ਬੰਦਾ ਓਪਰਚੁਨਿਟੀ ਵੇਖਦਾ ਹੈ ਹਰ ਬੰਦੇ ਨੂੰ ਲਾਲਚ ਦਿੱਤਾ ਜਾਂਦਾ ਬਹੁਤ ਸਾਰੇ ਕਮਿਟਡ ਲੋਕ ਲਾਲਚ ਆ ਜਾਂਦੇ ਆ ਬਹੁਤ ਸਾਰੇ ਕਮਿਟਡ ਲੋਕ ਲਾਲਚ ਨਹੀਂ ਆਉਂਦੇ ਦੇਅਰ ਆਰ ਸਮ ਪੀਪਲ ਹੂ ਜਿਹੜੇ ਸਾਨੂੰ ਜੁਆਇਨ ਕਰਨ ਨੂੰ ਫਿਰ ਰਹੇ ਨੇ ਮੇਰੇ ਕਹਿਣ ਦਾ ਮਤਲਬ ਕਿ ਇਹ ਇੱਕ ਸਿਸਟਮ ਜਿਹਾ ਬਣ ਗਿਆ ਕਿ ਇਲੈਕਸ਼ਨਾਂ ਦੇ ਸਮੇਂ ਸਾਡੇ ਕੋਈ ਦੋ ਚਾਰ ਉੱਧਰ ਉਹਨਾਂ ਦੇ ਦੋ ਚਾਰ ਸਾਡੇ ਨਾਲ ਇੱਕ ਰਿਵਾਜ ਹੀ ਬਣ ਤਿਆਰ ਕਰਦੇ ਲੈਂਦੇ ਐਂਡ ਪਬਲਿਕ ਵੀ ਉਹੋ ਜਿਹੀ ਹੋ ਗਈ ਅਡਾਪਟ ਤੁਸੀਂ ਸੇ ਵੇਖ ਲਓ ਰਿੰਕੂ ਜੀ ਇੱਥੋਂ ਗਏ ਸੀ ਰਿੰਕੂ ਨੂੰ ਜੀ ਨੂੰ ਜਾ ਕੇ ਅਡਾਪਟ ਕਰ ਲਿਆ ਉਹੀ ਰਿੰਕੂ ਜੀ ਜਿਹੜੇ ਕਹਿੰਦੇ ਸੀ ਪੁੱਠੀਆਂ ਫੋਟੋਆਂ ਲਾਓ ਸੋ ਵਾਟ ਆਈ ਮੀਨ ਟੂ ਸੇ ਕਿ ਇਹ ਕਲਚਰ ਬਹੁਤਾ ਚੰਗਾ ਨਹੀਂ ਹੈ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਨੂੰ ਲੋਕ ਰਿਜੈਕਟ ਕਰ ਦੇਣਗੇ ਹਜੇ ਉਹਨਾਂ ਨੂੰ ਅਡਾਪਟ ਕਰ ਰਹੇ ਨੇ ਬਟ ਆਈ ਥਿੰਕ ਸਲੋਲੀ ਸਲੋਲੀ ਐਥਿਕਸ ਵਾਲੇ ਲੋਕ ਜਾਂ ਗੱਲ ਸੱਚਾਈ ਕਰਨ ਵਾਲੇ ਉਹ ਰਹਿ ਜਾਣਗੇ ਇਹ ਜਿਹੜੇ ਇੱਧਰੋਂ ਗਏ ਉੱਧਰ ਆ ਗਏ ਉੱਧਰੋਂ ਗਏ ਇੱਧਰ ਆ ਗਏ ਉਹ ਕੰਮ ਖਰਾਬ ਹੋ ਜਾਣਗੇ।